ਤੁਸੀਂ ਪੁੱਛੀ ਹੈ। ਹਾਂਜੀ ਦੋਸਤੋ, ਅੱਜ ਅਸੀਂ ਸਮਾਣਾ ਦੀ ਅਨਾਜ ਮੰਡੀ 'ਚ ਖੜੇ ਹਾਂ। ਇਹ ਜਸਕਰਨ ਸਿੰਘ ਪਿੰਡ ਖਨਾਲ ਤੋਂ 1509 ਜੀਰੀ ਲੈ ਕੇ ਇੱਥੇ ਆਏ ਸੀਗੇ ਅਤੇ ਉਹਦਾ ਮੈਂ ਤੁਹਾਨੂੰ ਅਸਰ ਦਿਖਾਉਣ ਲੱਗਿਆ। ਜਿਹੜਾ ਪੰਜਾਬ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕੀਤਾ ਹੈ, ਵੀ ਉਹ ਕਾਨੂੰਨ ਦਾ ਕੀ ਅਸਰ ਹੋਇਆ, ਕੀ ਜ਼ਿਮੀਂਦਾਰਾਂ ਨੂੰ ਉਹਦਾ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ, ਤੁਸੀਂ ਆਈਡੀਆ ਲਾ ਲਿਓ। ਮੈਂ ਕਿਸੇ ਸਰਕਾਰ ਦੇ ਜਾਂ ਕਿਸੇ ਉਹਦੇ ਖਿਲਾਫ਼ ਨਹੀਂ ਜਾ ਸਕਦਾ, ਮੈਂ ਉਹਦੇ ਖਿਲਾਫ਼ ਨਹੀਂ ਜਾਂਦਾ, ਪਰ ਇੱਕ ਗੱਲ ਜ਼ਰੂਰ ਹੈ ਵੀ ਇਹਦਾ ਇਨਸਾਫ਼ ਹੋਣਾ ਚਾਹੀਦਾ ਹੈ ਵੀ ਕੀ ਇਹ ਕਾਨੂੰਨ ਸਹੀ ਹੈ ਜਾਂ ਗਲਤ ਹੈ। ਆਹ ਦੇਖੋ ਮੈਂ ਤੁਹਾਨੂੰ ਦਿਖਾਉਣਾ, ਆਹ 1509 ਜੀਰੀ ਬਿਲਕੁਲ ਸੁੱਕੀ ਹੈ, ਸੁੱਕੀ ਹੈ। ਇਹਦੇ 'ਚ ਸਿਰਫ ਇੱਕ ਨੁਕਸ ਪੈ ਗਿਆ ਵੀ ਇਹ ਥੋੜ੍ਹੀ ਜਿਹੀ ਡਿਸਕਲਰ ਹੋ ਗਈ, ਇਹਦਾ ਰੰਗ ਬਦਲ ਗਿਆ, ਪਰ ਜੇ ਜੀਰੀ ਦੇ ਚੌਲ 'ਚ ਦੇਖੀਏ ਕੋਈ ਨੁਕਸ ਨਹੀਂ ਹੈ। ਗੌਰਮੈਂਟ 1509 ਦੀ ਕੋਈ ਬੋਲੀ ਨਹੀਂ ਲਾਉਂਦੀ, ਪਰ ਜਿਹੜੇ ਸ਼ੈਲਰ ਵਾਲੇ ਵੀਰ ਨੇ, ਜਿਹੜੇ ਪ੍ਰਾਈਵੇਟ ਖਰੀਦਦਾਰ ਨੇ, ਉਹ ਖਰੀਦਦਾਰਾਂ ਦਾ ਇਹ ਕਹਿਣਾ ਕਿ ਇਹ ਜਿਹੜੀ ਗੌਰਮੈਂਟ ਦੇ ਰੇਟ 'ਚ ਸਾਨੂੰ ਬਾਰਾ ਨਹੀਂ ਖਾਂਦੀ ਅਤੇ ਘੱਟ ਰੇਟ 'ਤੇ ਅਸੀਂ ਇਸ ਕਰਕੇ ਨਹੀਂ ਖਰੀਦ ਸਕਦੇ ਕਿਉਂਕਿ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਕਾਨੂੰਨ ਪਾਸ ਕਰਤਾ ਵੀ ਜਿਹੜਾ ਬੰਦਾ ਸਰਕਾਰੀ ਜਿਹੜੀ MSP ਹੈ ਉਹ ਤੋਂ ਘੱਟ ਖਰੀਦੂਗਾ ਤਾਂ ਉਹਨੂੰ 3 ਸਾਲ ਦੀ ਸਜ਼ਾ ਹੋਊਗੀ, ਉਹਦੇ ਖਿਲਾਫ਼ ਪਰਚਾ ਹੋਊਗਾ। ਹੁਣ ਇਹਨਾਂ ਦੀ ਕਿਸਾਨਾਂ ਦੀ ਜੀਰੀ ਵਿਕ ਨਹੀਂ ਰਹੀ, ਇਹ ਵਿਚਾਰੇ ਮਜ਼ਬੂਰੀ ਦੇ ਬਸ ਆਹ ਦੇਖੋ ਲੱਦ ਰਹੇ ਨੇ, ਇਹ ਦੁਬਾਰੇ ਮੁੜ ਕੇ ਟਰਾਲੀ ਵਿੱਚ ਪਾ ਰਹੇ ਨੇ, ਇਹ ਪਤਾ ਨਹੀਂ ਕਿੱਥੇ ਲਿਜਾ ਕੇ ਵੇਚਣਗੇ, ਇਹਨਾਂ ਦੀ ਵਿਕੂਗੀ ਜਾਂ ਨਹੀਂ ਵਿਕੂਗੀ। ਇਹ ਜਿਹੜਾ ਹੁਣ ਸਿਸਟਮ ਚੱਲ ਪਿਆ, ਜਿਹੜਾ ਕਿਸਾਨਾਂ ਦੀ ਇਹ ਖੱਜਲ ਖੁਆਰੀ ਹੋ ਗਈ, ਇਹਦਾ ਜ਼ਿੰਮੇਵਾਰ ਕੌਣ ਹੈ, ਕੌਣ ਇਸ ਗੱਲ ਦੀ ਜ਼ਿੰਮੇਵਾਰੀ ਲਊਗਾ, ਸਰਕਾਰ ਲਊਗੀ ਜਾਂ ਇਹਨਾਂ ਦੀ ਕੌਣ ਕੋਈ ਏਜੰਸੀ ਲਊਗੀ, ਇਹਦਾ ਕੌਣ ਜ਼ਿੰਮੇਵਾਰ ਹੈ, ਸੈਂਟਰ ਸਰਕਾਰ ਹੈ। ਮੈਂ ਇਹ ਦੱਸਣਾ ਚਾਹੁੰਦਾ ਸੀ ਕਿਉਂਕਿ ਜੇ ਅਸੀਂ ਕਿਸੇ ਵੀ ਕੋਈ ਕਾਨੂੰਨ ਆਉਂਦਾ ਉਹਦਾ ਅਸਰ ਕੀ ਪੈਂਦਾ, ਉਹਦਾ ਚੰਗਾ ਅਸਰ ਕੀ ਪੈਂਦਾ, ਮਾੜਾ ਅਸਰ ਕੀ ਪੈਂਦਾ, ਇਹ ਦੋਹੇ ਹੀ ਚੀਜ਼ਾਂ ਸਾਨੂੰ ਦੇਖ ਕੇ ਚੱਲਣਾ ਚਾਹੀਦਾ। ਹੁਣ ਮੇਰੇ ਨਾਲ ਜਸਕਰਨ ਸਿੰਘ ਖੜੇ ਨੇ। ਜਸਕਰਨ ਜੀ, ਇਹ ਕਿੰਨੇ ਦਿਨ ਹੋ ਗਏ ਤੁਹਾਨੂੰ ਜੀਰੀ ਲੈ ਕੇ ਆਏ ਨੂੰ? 4 ਦਿਨ ਹੋ ਗਏ। 4 ਦਿਨ ਹੋ ਗਏ? 4 ਦਿਨ ਰੋਜ਼ ਬੋਲੀ ਵਾਲੇ ਆਉਂਦੇ ਸੀਗੇ, ਕੀ ਕਹਿੰਦੇ ਸੀ ਉਹ? ਉਹਦਾ ਬਸ 7 ਮਹੀਨੇ ਦੇ ਹੀ ਲੰਘ ਗਿਆ। ਅੱਛਾ, ਕੁਛ ਵੀ ਨਹੀਂ ਬੋਲਦੇ, ਕੀ ਕਹਿੰਦੇ ਵੀ MSP ਤੋਂ ਘੱਟ ਅਸੀਂ ਲੈ ਨਹੀਂ ਸਕਦੇ? ਹਾਂ, ਤੇ MSP ਦੇ ਰੇਟ 'ਚ ਸਾਨੂੰ ਬਾਰਾ ਨਹੀਂ ਖਾਂਦੀ। ਫਿਰ ਹੁਣ ਤੁਸੀਂ ਕੀ ਕਰ ਰਹੇ ਹੋ? ਲੈ ਕੇ ਜਾ ਰਹੇ ਹਾਂ। ਕਿੱਥੇ ਲੈ ਕੇ ਜਾ ਰਹੇ ਹੋ? ਗੜਬੇ ਲੈ ਕੇ ਜਾ ਰਹੇ। ਗੜਬੇ ਲੈ ਕੇ ਜਾਓਗੇ? ਜੇ ਉੱਥੇ ਵੀ ਨਾ ਵਿਕੀ ਫਿਰ ਕੀ ਕਰੋਗੇ? ਘਰੇ ਲੈ ਜਾਵਾਂਗੇ, ਕੋਈ ਗੱਲ ਨਹੀਂ। ਚਲੋ, ਹੁਣ ਇਹ ਦੱਸੋ, 4 ਦਿਨ ਖੱਜਲ ਖੁਆਰ ਹੋਣ ਤੋਂ ਬਾਅਦ ਇਹਨਾਂ ਨੂੰ ਕੋਈ ਸਰਕਾਰ ਦਾ ਨੁਮਾਇੰਦਾ ਆ ਕੇ ਦੱਸੂਗਾ ਵੀ ਇਹ ਕੀ ਸਮਾਧਾਨ ਕਰਨ, ਜਾਂ ਇਹਨਾਂ ਨੂੰ ਫਿਰ ਹਰਿਆਣੇ 'ਚ ਜਾਣਾ ਪਊਗਾ? ਉਹ ਵੀ ਸਟੇਟ ਹਰਿਆਣੇ ਵਾਲੇ ਵੀ ਵੜਨ ਨਹੀਂ ਦਿੰਦੇ, ਉਹ ਕਹਿੰਦੇ ਜੀ ਸਾਡੀ ਖਰੀਦ ਅਸੀਂ ਕਰਾਂਗੇ। ਪੰਜਾਬ ਵਾਲੇ ਬਾਹਰਲੇ ਨੂੰ ਜਿਵੇਂ ਬੰਦ ਕਰ ਰਹੇ ਨੇ, ਹਰਿਆਣੇ ਵਾਲੇ ਨੂੰ ਵੀ ਬੰਦ ਕਰਤਾ, ਉਹ ਵੀ ਜਾਣ ਨਹੀਂ ਦਿੰਦੇ। ਫਿਰ ਇਹ ਜ਼ਿਮੀਂਦਾਰਾਂ ਦਾ ਕਸੂਰ ਕੀ ਹੈ, ਇਹਨਾਂ ਦਾ ਇਸ ਵਿੱਚ ਫਾਲਟ ਕੀ ਹੈ? ਤਾਂ ਇਹ ਸਰਕਾਰ ਇਹਦਾ ਜਵਾਬ ਜ਼ਰੂਰ ਦੇਵੇ। ਅਤੇ ਮੇਰੀ ਸਾਰੇ ਉਹਨਾਂ ਲੀਡਰਾਂ ਨੂੰ, ਉਹਨਾਂ ਸਮਝਦਾਰ ਲੋਕਾਂ ਨੂੰ ਬੇਨਤੀ ਹੈ ਵੀ ਉਹ ਇਸ ਗੱਲ ਨੂੰ ਜ਼ਰੂਰ ਪਰਖਣ ਵੀ ਇਹ ਕਾਨੂੰਨ ਸਾਡੇ ਵਾਸਤੇ ਸਹੀ ਬਣਿਆ ਜਾਂ ਗਲਤ ਬਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੇਜ ਤੋਂ ਕਰਿਆ ਜੀ।